ਮਦੀ ਸਾਖ ਤੁਸਾਂ ਉਮਰ ਤੋਂ ਵਾਲਾ ਹੈ ਮਾਸ਼ਾ ਅੱਲਾ ਉਮਰ ਤੋਂ ਵਾਲਾ ਹੈ ਮੈਂ ਕਿ ਜੇ ਉਮਰ ਕਿਹਨੇ ਨਾ ਪਿਆ ਨਾ ਸੋ ਨਾ ਤੇ ਸੋ ਸੋ ਪਿਛਾ ਦੂਜਾ ਜਿੰਦਾ ਕਿਤੇ ਨਾ ਤੇ ਉਹ ਨਾ ਤੁਮਰ ਨਾ ਕਰ ਲੋਕਾਂ ਵਾਸਤੇ ਦੁਆਈਆਂ ਕੀਤੀਆਂ ਨੇ ਲੋਕਾਂ ਵਾਸਤੇ ਦੁਆਈਆਂ ਕੀਤੀਆਂ ਮੈਂ ਕਹ ਲੈ ਉਹ ਨਾ ਵੀ ਦੇਖੇ ਨਾ ਜ਼ਿਆਰਤ ਜ਼ਿਆਰਤ ਸਾਰੀਆਂ ਕੀਤੀਆਂ ਸਾਰੀਆਂ ਜ਼ਿਆਰਤਾਂ ਕੀਤੀਆਂ ਜੀ ਉਮਰ ਮਾਸ਼ਾ ਅੱਲਾ ਤੁਹਾਡੇ ਨਾਲ ਹਾਜੀ ਸਾਹਿਬ ਵੀ ਗਿਆਨ ਮਸਜਿਦ ਅਲਹਮਦੁਲਿਲਾ ਵੈਸੇ ਵੀ ਤਵਾਫ ਬੁੱਕ ਕੀਤੇ ਸੀ ਅਤੇ ਅੱਲਾਹ ਪਾਕ ਮਨਜ਼ੂਰ ਕਰੇ ਅਸਾਂ ਲੋਕਾਂ ਦੇ ਉੱਤੇ ਅੱਲਾਹ ਨੇ ਕਰਮ ਕੀਤਾ ਅਤੇ ਅੱਲਾਹ ਪਾਕ ਸਾਰੇ ਮੁਸਲਮਾਨਾਂ 'ਤੇ ਕਰਮ ਕਰੇ ਅਤੇ ਅੱਲਾਹ ਪਾਕ ਆਪਣਾ ਘਰ ਦਿਖਾਵੇ ਕਾਫੀ ਕੀਤਾ ਸੀ ਬਾਕੀ ਜਿਹੜੇ ਇਸੇ ਕੋਲ ਜਿਹੜੇ ਆਪਣੇ ਹਨ ਤਾਂ ਉਹ ਹਨ ਬਾਕੀ ਇਸ ਨੂੰ ਮੈਂ ਆਖਿਆ ਕਿ ਪਹਿਲੇ ਤੂੰ ਮੈਂ ਨਾਲ ਖਾਣਾ ਪੀਣਾ ਅਤੇ ਹੁਣ ਵੀ ਇਨਸ਼ਾਅੱਲਾ ਅੱਲਾਹ ਪਾਕ ਮਿਹਰਬਾਨੀ ਕਰੇ ਸੀ ਅਤੇ ਇਹ ਸਫ਼ਰ ਗੁਜ਼ਰ ਗਿਆ ਸੀ ਅੱਲਾਹ ਪਾਕ ਮਿਹਰਬਾਨੀ ਕੀਤੀ ਹੈ ਵੀ ਸਫ਼ਰ ਗੁਜ਼ਾਰ ਕੇ ਵਾਪਸ ਆ ਗਏ ਹਨ ਅਲਹਮਦੁਲਿਲਾ ਆਪਣੇ ਸਹੀ ਅਤੇ ਅੱਲਾਹ ਪਾਕ ਕਰਮ ਕੀਤਾ ਜੀ ਲੋਕਾਂ ਵਾਸਤੇ ਦੁਆਈਆਂ ਕੀਤੀਆਂ ਲੋਕਾਂ ਮੈਂ ਕਿਹਾ ਮੈਂ ਜੇ ਉਮਰ ਕਰੇ ਨਾ ਪਏ ਲੋਕਾਂ ਵਾਸਤੇ ਸਵਾਬ ਪੁੱਛਾ ਜਾਂ ਮੇਰੀ ਇਮਦਾਦ ਕੀਤੀ ਅਤੇ ਉਹਨਾਂ ਵਾਸਤੇ ਉਮਰ ਕਰੇ ਨਾ ਪਈਆਂ ਮਾਂ ਪਿਓ ਵਾਸਤੇ ਉਮਰ ਕੀਤਾ ਅਤੇ ਚਾਚੇ ਗੁਲਾਮ ਅਤੇ ਘਰ ਵਾਲਾ ਵਾਸਤੇ ਉਮਰ ਕੀਤਾ ਅਤੇ ਆਪਣੀ ਉਮਰ ਕੀਤਾ ਅਤੇ ਬਿਰਾ ਦੇ ਵਾਸਤੇ ਉਮਰ ਕੀਤਾ ਅਤੇ ਬਿਊਟੀ ਰੋਈ ਉਮਰ ਕੀਤਾ ਅਤੇ ਮਾਂ ਦੀ ਰੋਈ ਸਾਰਾ ਸਾਜ ਦਿਨੇ ਵਾਸਤੇ ਉਮਰ ਆਈ ਜੇ ਇਮਦਾਦ ਕੀਤੀ ਹੈ ਨਾ ਅਤੇ ਇਹਨਾਂ ਦਾ ਜੇ ਉਮਰ ਕਹਿੰਦੇ ਨਾ ਪਏ ਸਾਰੇ ਲੋਕਾਂ ਦੇ ਸਵਾਲ ਪੁੱਛਾ ਜਾਂ ਇਮਦਾਦ ਕੀਤੀ ਮਾਂ ਵਾਸਤੇ ਕੀਤਾ ਸਾਰਾ ਵਾਸਤੇ ਜੀ ਹਾਂ ਮੈਂ ਕਿਹਾ ਕਿ ਗਿਣਾ ਲੈ ਲੋਕਾਂ ਨੂੰ ਮਸੀਨਾ ਦਿਖਾਓ ਸਾਰਾ ਵਾਸਤੇ ਦੁਆ ਮੰਗਦਾ ਹਰ ਮਹਿਮਾਨ ਪੂਜੇ ਨਾ ਕਰੇ ਹਰ ਮਹਿਮਾਨ ਬੱਚਾ ਕੁਰਾਨ ਧਾਰੇ ਬੜਾ ਜਾ ਜਾ ਇਮਦਾਦ ਕੀਤੀ ਅੱਲਾ ਉਹਨਾਂ ਨੂੰ ਉਮਰਾਂ ਦਿਖਾਵੇ ਅਤੇ ਅੱਲਾ ਉਹਨਾਂ ਦਾ ਨੇ ਸਾਫ ਤੈਨੇ ਕਿਵੇਂ ਖਿਆਲ ਆਇਆ ਉਮਰੇ ਦਾ ਬਾਈ ਮੈਂ ਕਿ ਪੈਰ ਕੱਟੇ ਕਰ ਪੈਰ ਕੱਟੇ ਕਰਕੇ ਤਾਂ ਬਾਈ ਉਮਰੇ ਤਾਂ ਵੰਜਾ ਤੇ ਬਈ ਲੋਕਾਂ ਨੂੰ ਆਖਿਆ ਮੈਂ ਗਾੜੀ ਜੇ ਮੈਂ ਉਮਰ ਆਈ ਤਾਂ ਵੰਜਾ ਚਾਹ ਬਈ ਲੋਕ ਇਮਦਾਦ ਕਰ ਤੈਨੇ ਜਰ ਜਾਣਾ ਚੱਲ ਉਮਰ ਖਿਆਲਿਆ ਤੇ ਗੱਲ ਕੀਤਾ ਸਾਰਾ ਕੁਝ ਗਾੜੀ ਗੁੜਿਆ ਨਾ ਪੈਰ ਕੱਟੇ ਕਰ ਉਮਰੇ ਤੇਰੀ ਦਿਲ ਵਿੱਚ ਮੁਹੱਬਤ ਥਈ ਹੈ ਜਾਂ ਤੈਂ ਕਹਿਣਾ ਕਹਿ ਤੈਨ ਆਖ ਆਏ ਇਸ ਬਾਰੇ ਦਿਲ ਵਿੱਚ ਮੁਹੱਬਤ ਥਈ ਆਈ ਤੇ ਜੇ ਰਹਿਣਾ ਦਿਲ ਵਿੱਚ ਮੁਹੱਬਤ ਥਈ ਹੈ ਤੇ ਭਈ ਅੱਲਾ ਅੱਲਾ ਹੀ ਕਜਾਬ ਤੇ